ਬਾਈ ਜੀ ਕੁੱਟਣਗੇ ਫਿਲਮ ਦੇ ਵਿੱਚ ਮੇਨ ਕਿਰਦਾਰ ਨਾਨਕ ਸਿੰਘ ਦਾ ਹੈ ਜੋ ਕਿ ਉਪਾਸ਼ਨਾ ਸਿੰਘ ਮੈਮ ਦੇ بیٹے ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਫਿਲਮ ਦੇ ਵਿੱਚ ਇਹ ਪਹਿਲੀ ਵਾਰੀ ਇੱਥੇ ਡੈਬਿਊ ਕਰ ਰਹੇ ਨੇ ਫਿਲਮ ਦੇ ਵਿੱਚ ਪੰਜਾਬੀ ਮੂਵੀ ਦੇ ਵਿੱਚ ਪਰ ਇੱਕ ਗੱਲ ਹੋਰ ਵੀ ਆਉਂਦੀ ਹੈ ਕਿ ਸਟਾਰਜ ਦਾ ਬੇਟਾ ਸਟਾਰ ਹੀ ਬੰਦ ਹੈ ਤੇ ਅਸੀਂ ਵੀ ਉਮੀਦਾਂ ਲੈ ਕੇ ਬੈਠੇ ਆ ਕਿ ਸਟਾਰ ਦਾ ਬੇਟਾ ਸਟਾਰ ਹੀ ਬਣੇਗਾ ਤੇ ਫਿਲਮ ਦੇ ਵਿੱਚ ਕਿਦਾਂ ਦਾ ਐਕਸਪੀਰੀਅੰਸ ਰਿਹਾ ਪੇ ਬਾਜੀ ਪਹਿਲਾਂ ਤਾਂ ਤੁਸੀਂ ਮੈਨੂੰ ਆ ਦੱਸੋ ਸਟਾਰ ਦਾ ਮੁੰਡਾ ਸਟਾਰ ਤੁਸੀਂ ਪਹਿਲਾਂ ਹੀ ਪ੍ਰੈਸ਼ਰ ਪਾਤ ਤੋਂ ਮਿਲਦੇ ਹੈ ਨਾ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਆ ਹੀ ਹੈ ਜੀ ਜਦੋਂ ਮੈਂ ਦੇਵ ਸਰ ਦੀ ਗੱਲਣਾ ਸੁਣਿਆ ਅੱਜ ਵੀ ਸੁਣੀ ਪਹਿਲਾਂ ਵੀ ਸੁਣਿਆ ਸੀ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 10 ਫਿਲਮਾਂ ਲੱਗੀਆਂ ਇਸ ਫਿਲਮ ਨੂੰ ਕਰਨ ਲਈ ਜਦੋਂ ਉਹ ਸਮੀਪ ਸਰ ਦੇ ਵਰਗੇ ਡਾਇਰੈਕਟਰ ਨਾਲ ਕੰਮ ਕਰੇ ਉਹਨਾਂ ਨੂੰ 10 ਫਿਲਮਾਂ ਲੱਗੀਆਂ ਇੱਥੇ ਇੱਧਰ ਤੱਕ ਪਹੁੰਚਣ ਲਈ ਤੇ ਜਦੋਂ ਮੈਂ ਸੋਚਦਾ ਕਿ ਮੈਨੂੰ ਇੰਨੀ ਇੰਨਾ ਵੱਡਾ ਚਾਂਸ ਮਿਲ ਰਿਹਾ ਇੰਨੀ ਵਧੀਆ ਫਿਲਮ ਮਿਲ ਰਹੀ ਸਮੀਪ பாਜੀ ਮਿਲ ਰਹੇ ਨੇ ਤਾਂ ਮੈਂ ਇਹਦਾ ਪੂਰਾ ਮੈਂ ਨਾ ਬੈਸਟ ਕਰਨਾ ਆਪਣਾ ਮੈਨੂੰ ਲੱਗਦਾ ਸੀ ਕਿ ਮੈਨੂੰ ਇੰਨਾ ਵੱਡਾ ਮੌਕਾ ਮਿਲ ਰਿਹਾ ਕਿ ਜਦੋਂ ਮੰਮੀ ਜੀ ਨੇ ਵੀ ਮੈਨੂੰ ਕਿਹਾ ਕਿ ਮਤਲਬ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਪਰ ਜਿਹੜੀ ਤੁਸੀਂ ਹੁਣੀ ਗਿਆ ਕਿ ਤੁਸੀਂ ਮੇਰੇ ਤੇ ਪ੍ਰੈਸ਼ਰ ਪਾਇਆ ਮੈਂ ਕਿਹਾ ਕਿ ਸਟਾਰ ਦਾ ਮੁੰਡਾ ਸਟਾਰ ਹੁੰਦਾ ਹੈ ਦੇਖੋ ਜੀ ਆਹੀ ਤਾਂ ਮੇਰੀ ਸਟਰਗਲ ਹੈ ਕਿ ਜਦੋਂ ਆਡੀਅנס ਦੇ ਵੀ ਮੈਨੂੰ ਦੇਖਣਾ ਉਹਨਾਂ ਨੇ ਇਹੀ ਸੋਚਣਾ ਹੈ ਕਿ ਇਹ ਉਪਾਸਨਾ ਸਿੰਘ ਦਾ ਮੁੰਡਾ ਨਾਨਕ ਸਿੰਘ ਆ ਰਿਹਾ ਹੈ ਸੈੱਟ ਤੇ ਤੇ ਇਹਦਾ ਪਰਫਾਰਮਰ ਹੋਗਾ ਹੀ ਕਿਉਂਕਿ ਉਹ ਐਨੇ ਵੈਟਰਨ ਐਕਟਰ ਨੇ ਇੰਨੀ ਇੰਨੀ ਵੱਡੀ ਲੇਗੇਸੀ ਹੈ ਮੇਰੇ ਨਾਂ ਦੇ ਪਿੱਛੇ ਉਹਨਾਂ ਦੀ ਕਿ ਉਹਨਾਂ ਨੇ ਇੰਨਾ ਕੰਮ ਕੀਤਾ ਹੋਇਆ ਤੁਸੀਂ ਬਾਲੀਵੁੱਡ ਦੇਖ ਲਓ ਤੁਸੀਂ ਪੰਜਾਬ 'ਚ ਦੇਖ ਲਓ ਉਹਨਾਂ ਨੇ ਬਹੁਤ ਕੁਝ ਕ ਕੀਤਾ ਹੋਇਆ ਤੇ ਮੇਰਾ ਜਿਹੜਾ ਸਟਰਗਲ ਹੈ ਉਹ ਹੁਣ ਸ਼ੁਰੂ ਹੋ ਗਿਆ ਹੈ ਜੀ ਕਿ ਜਦੋਂ ਆਡੀਅנס ਨੇ ਮੈਨੂੰ ਦੇਖਣਾ ਹੈ ਅੱਛਾ ਇੱਕ ਗੱਲ ਹੁੰਦੀ ਹੈ ਕਿ ਬਾਲੀਵੁੱਡ ਦੇ ਵਿੱਚ ਤੇ ਪੰਜਾਬੀ ਮੂਵੀ ਦੇ ਵਿੱਚ ਵੀ ਇੱਕ ਗੱਲ ਆਉਂਦੀ ਹੈ ਕਿ ਜਿਹੜੇ ਸਟ੍ਰਗਲਰ ਨੇ ਉਹ ਸਟਗਲਰ ਹੀ रह ਜਾਂਦੇ ਨੇ ਔਰ ਜਿਹੜੇ ਆਰਟਿਸਟ ਦੇ ਬੇਟੇ ਹੁੰਦੇ ਨੇ ਜਾਂ ਪ੍ਰੋਡਿਊਸਰ ਦੇ ਲੜਕੇ ਅੱਗੇ ਫੈਮਿਲੀ ਹੁੰਦੀ ਆ ਉਹ ਫਿਲਮਾਂ ਦੇ ਵਿੱਚ ਜਲਦੀ ਲਾਂਚ ਹੋ ਜਾਂਦੇ ਨੇ ਇਸੇ ਤਰੀਕੇ ਨਾਲ ਤੁਹਾਡੀ ਲਾਂਚਿੰਗ ਹੋ ਗਈ ਕਿ ਇਸੇ ਤਰੀਕੇ ਨਾਲ ਹੋਈ ਕਿ ਤੁਸੀਂ ਕੋਈ ਸਟ੍ਰਗਲ ਕਰ ਚੁੱਕੇ ਹੋ ਇਸ ਤੋਂ ਪਹਿਲੇ ਦੇਖੋ ਜੀ ਮੈਂ ਦੇਖੋ ਕਿਵੇਂ ਗਈ ਹੈ ਹੁਣ ਅੱਜਕਲ ਨੈਪੋਟイズਮ ਬਹੁਤ ਚੱਲ ਰਿਹਾ ਹੈ ਨਾ ਜੀ ਨੈਪੋਟイズਮ ਦਾ ਬੋਲਬਾਲਾ ਹੈ ਤੇ ਜਦੋਂ ਉਹ ਨੈਪੋਟイズਮ ਨੂੰ ਯੂਜ਼ ਕਰਦੇ ਨੇ ਮੈਨੂੰ ਤਾਂ ਗੱਲ ਨਹੀਂ ਸਮਝ ਆਉਂਦੀ ਕਿ ਜਦੋਂ ਜਦੋਂ ਮੇਰੇ ਫਾਦਰ ਬਿਲਡਿੰਗ ਬਿਜ਼ਨਸ ਚ ਨੇ ਹੈਨਾ ਐਗਜ਼ਾਮਪਲ ਦੇ ਰਿਹਾ ਕਿ ਉਹ ਬਿਲਡਿੰਗ ਬਿਜ਼ਨਸ ਚ ਨੇ ਤੇ ਅੱਗੇ ਜਾ ਕੇ ਉਹਨਾਂ ਨੇ ਆਪਣਾ ਜਿਹੜਾ ਕਾਰੋਬਾਰ ਹੈ ਜਿਹੜੀ ਮਿਹਨਤ ਕੀਤੀ ਹੋਈ ਹੈ ਉਹਨਾਂ ਨੇ ਉਹ ਜਿਹੜਾ ਸੈਟਅਪ ਉਹਨਾਂ ਨੇ ਬਣਾਇਆ ਹੋਇਆ ਇੰਨਾ ਵੱਡਾ ਉਹ ਆ ਕੇ ਕਿਸੇ ਹੋਰ ਦੇ ਬੱਚੇ ਨੂੰ ਦੇ ਦੇਣ ਕਿ ਮੇਰਾ ਜਿਹੜਾ ਦੋਸਤ ਹੈ ਉਹਨੂੰ ਦੇ ਦੇਣ ਕਿ ਆ ਲੈ ਬੇਟਾ ਇਹ ਮੈਂ ਨੇ ਮੈਂ ਮਿਹਨਤ ਕੀਤੀ ਹੈ ਮੈਂ ਇਹਦਾ ਪਿਓ ਆ ਤੇ ਤੂੰ ਲੈ ਲੈ ਇਹ ਸਭ ਇਹ ਤੇਰਾ ਹੈ ਤੂੰ ਆਪਣੇ ਜਵਾਬ ਨੂੰ ਹੀ ਦੇਣਗੇ ਨਾ ਤੇ ਇਦਾਂ ਹੀ ਜਿੱਦਾਂ ਮੇਰੀ ਮੰਮੀ ਜੀ ਨੇ ਐਕਟਿੰਗ ਕੀਤੀ ਹੈ ਐਕਟਿੰਗ ਇੰਨੀ ਮਿਹਨਤ ਨਾਲ ਇੰਨੀ ਸਟਰਗਲ ਨਾਲ ਉਹਨੇ ਸਿੱਖੀ ਹੈ ਤੇ ਉਹਨਾਂ ਨੇ ਮੈਨੂੰ ਵੀ ਉਹੀ ਸੋਪੀ ਹੈ ਹੈਨਾ ਜੀ ਤੇ ਉਹਨਾਂ ਨੇ ਤੇ ਅੱਗੇ ਜਾ ਕੇ ਉਹਨਾਂ ਨੂੰ ਵੀ ਚਾਹੀਦਾ ਇਹੀ ਚਾਹੀਦਾ ਕਿ ਮੈਂ ਐਕਟਰ ਬਣਾ ਇਸ ਫੀਲਡ ਚ ਕਿ ਜਦੋਂ ਲੋਕ ਮੇਰਾ ਕੋਈ ਇਤਨੇ ਨਹੀਂ ਕਹਿੰਦੇ ਕਿ ਸਿੱਖਣ ਦੀ ਲੋੜ ਪਈ ਕਿ ਡਾਇਰੈਕਟਲੀ ਐਂਟਰੀ ਮਿਲ ਗਈ ਕਿ ਮਦਰ ਤੁਹਾਡੇ ਆਲਰੇਡੀ ਆਰਟਿਸਟ ਸੀ ਕਿ ਫਿਲਮ ਮੰਮਾ ਨੇ ਪੈਸਾ ਹੀ ਲਗਾ ਦਿੱਤੇ ਤੇ ਮੂਵੀ ਬਣ ਗਈ ਤੇ ਇਦਾਂ ਹੋਇਆ ਜਾਂ ਮਤਲਬ ਕਿ ਕੁਝ ਸਿੱਖਣਾ ਵੀ ਪਿਆ ਮੂਵੀ ਦੇ ਬਾਰੇ ਦੇਖੋ ਜੀ ਮੈਂ ਬਚਪਨ ਤੋਂ ਹੀ ਮੈਨੂੰ ਇਸ ਦਾ ਸ਼ੌਕ ਰਿਹਾ ਮੈਂ ਬਚਪਨ ਤੋਂ ਹੀ ਡਾਂਸ ਸਿੱਖ ਰਿਹਾ ਮੈਂ 13 ਇਅਰਸ ਤੋਂ ਪ੍ਰੋਫੈਸ਼ਨਲ ਟ੍ਰੇਨਿੰਗ ਲਿਤੀ ਹੈ ਡਾਂਸ 'ਚ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਤੈਨੂੰ ਜੇ ਡਾਕਟਰ ਬੰਨਾ ਤੂੰ ਡਾਕਟਰ ਬਨ ਜਾ ਆਪਾਂ ਪੈਸੇ ਲਾ ਲੈਣੇ ਆ ਸੇਮ ਹੀ ਗੱਲ ਹੈ ਤੇ ਇੰਜੀਨੀਅਰ ਬੰਨਾ ਇੰਜੀਨੀਅਰ ਲਾ ਲੈ ਪਰ ਜਦੋਂ ਤੈਨੂੰ ਐਕਟਰ ਬੰਨਾ ਉਹ ਮੈਂ ਤੈਨੂੰ ਨਹੀਂ ਬਣਾ ਸਕਦੀ ਉਹ ਤੈਨੂੰ ਆਡੀਅੰਸੀ ਦੱਸੂਗੀ ਕਿ ਕੀ ਹੋਣ ਵਾਲਾ ਤੇ ਐਕਟਰ ਕੋਈ ਨਹੀਂ ਬਣਾ ਸਕਦਾ ਦੁਨੀਆ ਦਾ ਕੋਈ ਇਨਸਾਨ ਨਹੀਂ ਕਿ ਕੋਈ ਬੰਦੇ ਨੂੰ ਐਕਟਰ ਬਣਾ ਦੇ ਇਦਾਂ ਮੈਨੂੰ ਕਿਹਾ ਸੀ ਮੰਮੀ ਜੀ ਨੇ ਤੇ ਜਦੋਂ ਵੀ ਮੈਂ ਕੰਮ ਕਰਦਾ ਸੀ ਜਾਂ ਮੈਨੂੰ ਡਾਂਸ ਤੇ ਬਹੁਤ ਸ਼ੌਕ ਰਿਹਾ ਹੈ ਜਦੋਂ ਵੀ ਮੈਂ ਸਟੇਜ ਤੇ ਪਰਫਾਰਮ ਕਰਦਾ ਸੀ ਮੈਨੂੰ ਇਹੀ ਲੱਗਦਾ ਸੀ ਕਿ ਨਹੀਂ ਮੈਂ ਬਣਨਾ ਤਾਂ ਐਕਟਰ ਹੀ ਹੈ ਕਿਉਂਕਿ ਐਕਟਰ ਆਪਣੀ ਆਪਣੀ ਮਿਹਨਤ ਨੂੰ ਬੰਦੇ ਕਿਉਂ ਉਹਨਾਂ ਨੇ ਤਾਂ ਪੈਸੇ ਲਾਣੇ ਸੀ ਜੀ ਉਹਨਾਂ ਨੇ ਲਾਤੇ ਔਰ ਹਰ ਪੇਰੈਂਟ ਆਪਣੇ ਜਵਾਕ ਲਈ ਕਰਦਾ ਹੈ ਜੀ ਮੂਵੀ ਦੇ ਵਿੱਚ ਹਰਨਾਸ ਸੰਧੂ ਸੀਗੇ ਹਰਨਾਸ ਸੰਧੂ ਨੇ ਤੁਹਾਡੇ ਨਾਲ ਕੰਮ ਕੀਤਾ ਹੈ ਐਜ਼ ਅ ਆਪੋਜੀਟ ਤੁਹਾਡੇ ਸੀਗੇ ਪਰ ਪ੍ਰੋਮੋਸ਼ਨ ਤੇ ਨਹੀਂ ਦਿਕੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਇਫੈਕਟ ਪਵੇਗਾ ਮੂਵੀ ਦੇ ਉੱਪਰ ਨਹੀਂ ਜੀ ਜਿੱਦਾਂ ਕੀ ਮੰਮੀ ਜੀ ਨੇ ਵੀ ਕਿਹਾ ਦੇਵ ਪਾਜੀ ਨੇ ਵੀ ਕਿਹਾ ਕਿ ਫਿਲਮਾਂ ਹਰਨਾ ਸੰਦੂ ਨਹੀਂ ਚਲਾਉਂਦੀ ਪੰਜਾਬੀ ਫਿਲਮਾਂ ਪੰਜਾਬੀਆਂ ਚਲਾਉਂਨੇ ਨੇ ਔਰ ਉਹਨਾਂ ਨੇ ਦੇਖਣੀ ਹੈ ਕਿ ਇਹ ਮੂਵੀ ਕਿੰਨੀ ਵਧੀਆ ਬਣਾਈ ਹੋਈ ਹੈ ਕੰਟੈਂਟ ਵਧੀਆ ਹੈ ਤੇ ਉਹਨਾਂ ਨੇ ਜ਼ਰੂਰ ਜਾਣਾ ਹੈ ਜੀ ਪਰ ਹਰਨਾਸ ਸੰਦੂ ਤਾਂ ਸਿਗੇ ਨਹੀਂ ਸਿਗੇ ਇੱਧਰ ਨਹੀਂ ਹੈ ਤਾਂ ਜੋ ਹੈ ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਨਾ ਕਿ ਕਿਮਿਸਟਰੀ ਕੀ ਹੈਗੀ ਤੁਹਾਡੇ ਨਾਲ ਆ ਜਿਹੜੀ ਆ ਮੇਰਾ ਬਹੁਤ ਹੀ ਵਧੀਆ ਦੋਸਤ ਹੈ ਫਰਾਂਸ ਤੋਂ ਤੇ ਇਸ ਮੂਵੀ 'ਚ ਵੀ ਮੇਰੇ ਨਾਲ ਹੈ ਮੇਰਾ ਬਹੁਤ ਹੀ ਮੈਨੂੰ ਬਹੁਤ ਹੀ ਵਧੀਆ ਲੱਗਦਾ ਜਦੋਂ ਮੈਂ ਇਹਨਾਂ ਨਾਲ ਕੰਮ ਕਰਦਾ ਕਿਉਂਕਿ ਇਹਨੇ ਵਧੀਆ ਕਲਾਕਾਰ ਨੇ ਫਰਾਂਸ ਦੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ 10 ਇਅਰਸ ਆਫ ਥੀਏਟਰ ਕਿੰਨਾ ਹੋਇਆ ਇਹਨਾਂ ਨੇ ਤੇ ਇਹਨਾਂ ਨੂੰ ਇਹਨਾਂ ਨੇ ਸਾਨੂੰ ਕੰਟੈਕਟ ਕੀਤਾ ਕਿ ਦੇਖੋ ਵੀਰ ਬਹੁਤ ਪਸੰਦ ਨੇ ਪੰਜਾਬੀ ਬਹੁਤ ਪਸੰਦ ਮੈਨੂੰ ਪੰਜਾਬੀ ਫਿਲਮਾਂ ਚ ਲੋ ਪਲੀਜ਼ ਲੋ ਤੇ ਮੈਂ ਮੈਂ ਇਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਕਰਨੀ ਹੈ ਇਸ ਫਿਲਮ ਚ ਏ ਰੋਲ ਹੈ ਇਹਨਾਂ ਨੇ ਹਾਂ ਕਰਤੀ ਔਰ ਇਹਨਾਂ ਨੇ ਇੰਨੀ ਵਧੀਆ ਰੋਲ ਕੀਤਾ ਹੈ ਇਨ ਇਹਨਾਂ ਨੂੰ ਕੁਝ ਵੀ ਕਹਿ ਦਿਓ ਨਾ ਇਹਨੂੰ ਕੁਝ ਵੀ ਸਿਖਾ ਦਿਓ ਇਨਫ ਬਹੁਤ ਸ਼ੇਤੀ ਫੜਦਾ ਨੇ ਜਿਵੇਂ ਤੁਸੀਂ ਕਿਹਾ ਕਿ ਪੰਜਾਬੀ ਫਿਲਮਾਂ ਦੇ ਵਿੱਚ ਇੰਟਰਸਟਿਡ ਸੀਗੇ ਤੁਸੀਂ ਇਹਨਾਂ ਨੂੰ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅੱਜ ਕੱਲ੍ਹ ਅਮੂਮਨ ਦੇਖਦੇ ਆ ਆਪਾਂ ਵੀ ਕਾਫੀ ਜਿਹੜੇ ਗੁਰੇ ਨੇ ਉਹ ਪੰਜਾਬੀ ਬੋਲਦੇ ਨੇ ਪੰਜਾਬੀ ਟਿਕਟੋਕ ਵੀਡੀਓ ਬਣਾਉਂਦੇ ਨੇ ਵਾਇਰਲ ਹੋ ਰਹੀਆਂ ਨੇ ਉਹਨਾਂ ਦੀਆਂ ਕਾਫੀ ਤੇ ਇਹ ਕਾਫੀ ਲੱਗ ਰਿਹਾ ਹੈ ਕਿ ਤੁਸੀਂ ਇਹ ਸਿੱਖ ਜਾਣਗੇ ਪੰਜਾਬੀ ਦੇ ਵਿੱਚ ਮੈਂ ਤਾਂ ਜਦੋਂ ਆਪਾਂ ਸੈੱਟ ਤੇ ਵੀ ਸੀ ਨਾ ਇਹਨਾਂ ਦਾ ਹੋ ਗਿਆ ਸੀ ਉਹ ਵਾਇਰਲ ਹੋ ਗਿਆ ਸੀ ਤੁਸੀਂ ਇਹਨਾਂ ਨੂੰ ਪੁੱਛੋਗੇ ਨਾ ਕਿ ਕਲਾਂਗ ਕਹਾਣੀਆਂ ਸਿਖਾਤੀਆਂ ਕਿਨੇ ਦੇ ਬਿਲਕੁਲ ਜੀ ਤੁਹਾਡੀ ਤਾਰੀਫ ਕਰਾਉਣਾ ਹੁਣੀ you have to say that line again you have to compliment him the compliment i said ah okay kasmanu kana tere durte te mud orlan tere sartanari al marna e bach karee tu nahi kujh nahi hona mere sir te parmadatma ne ditti hoyi pagdi hai aur is de vich kujh nahi hona te nahi main main mazak mazak di gal kar reha koi nahi oh inna nu maafi hai inna si kandi aur eh gal hai hor eh movie de vich inna da ki character hai meme What's your character in the movie? Okay, so uh, I'm uh, Sam from Canada and uh, I come to India for, uh, you know, uh, the wedding of my, of my best friend Vicky. And uh, some, uh, uh, some things happened to me. Yeah, yeah, yeah. Some things happened to me. ਠੀਕ ਹੈ ਤੇ ਆਪਾਂ ਅੱਗੇ ਵਧਦੇ ਹਾਂ ਤੁਹਾਡੀ ਗੱਲਬਾਤ ਤੇ ਮੂਵੀ ਦੇ ਬਾਰੇ ਦੱਸਦੇ ਕਿਉਂਕਿ ਆਪਾਂ ਗੱਲਾਂ ਬਾਤਾਂ ਪਰਸਨਲ ਹੋ ਗਈਆਂ ਤੁਹਾਡੀਆਂ ਕਿ ਕਿਸ ਤਰੀਕੇ ਨਾਲ ਮੂਵੀ ਦੇ ਵਿੱਚ ਐਂਟਰੀ ਹੋਈ ਇਹ ਮੂਵੀ ਦੇ ਬਾਰੇ ਦੱਸੋ ਹੁਣ ਕਿ ਮੂਵੀ ਦੇ ਵਿੱਚ ਤੁਹਾਡਾ ਜਿਹੜਾ ਰੋਲ ਹੈ ਉਹ ਕਿਸ ਤਰੀਕੇ ਦਾ ਹੈ ਦੇਖੋ ਜੀ ਇਹ ਟੂ ਇਅਰ ਫਿਲਮ ਹੈ ਜੀ ਜਦੋਂ ਆਪਾਂ ਕਰਦੇ ਨੇ ਇਹਦੀ ਗੱਲ ਤੇ ਦੇਵ ਬਾਈ ਜੀ ਨੇ ਮੇਰੇ ਲਈ ਹਾਂ ਕਰਤੀ ਸੀ ਇਹ ਸਭ ਤੋਂ ਵੱਡੀ ਗੱਲ ਸੀ ਮੇਰੇ ਲਈ ਤੇ ਜਿਹੜਾ ਮੇਰਾ ਰੋਲ ਸੀ ਉਹਦਾ ਛੋਟਾ ਭਰਾ ਦਾ ਜਦੋਂ ਤੁਸੀਂ ਟ੍ਰੇਲਰ ਵੀ ਦੇਖਦੇ ਹੋ ਇੱਕ ਲਾਈਨ ਆਉਂਦੀ ਹੈ ਉਹ ਤੇ ਚ ਉਹ ਕਹਿੰਦੇ ਨੇ ਕਿ ਜੇ ਕੋਈ ਬਾਈ ਜੀ ਨਾਲ ਪੰਗਾ ਲੈ ਸਕਦਾ ਤਾਂ ਉਹ ਹੈ ਉਹਨਾਂ ਦਾ ਲਾਡਲਾਪਰਾ ਜਿਹੜਾ ਕੈਰੈਕਟਰ ਮੈਂ ਪਲੇ ਕਰ ਰਿਹਾ ਤੇ ਮੈਂ ਉਹਨਾਂ ਨਾਲ ਪੰਗਾ ਲੈਣਾ ਰਿਹਾ ਮੂਵੀ 'ਚ ਤੇ ਜਿਹੜੀ ਕਾਮੇਡੀ ਹੈ ਉਹ ਹੀ ਆਲੇ ਦੁਆਲੇ ਜਿਹੜੇ ਕੈਰੈਕਟਰਸ ਹੈ ਉਹ ਸਾਰੇ ਬਾਈ ਜੀ ਤੋਂ ਡਰਦੇ ਝੂਠ ਬੋਲਦੇ ਤੇ ਉਹਦੇ ਆਲੇ ਦੁਆਲੇ ਘੁੰਮਦੀ ਹੈ ਸੋ ਇੱਕ ਗੱਲ ਕਹਿ ਦਈਏ ਕਿ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਨਹੀਂ ਤੇ ਇਹਨਾਂ ਦੇ ਬਾਈਜ਼ ਜੀ ਕੁੱਟਣਗੇ ਜ਼ਰੂਰ ਹੈਨਾ ਤੇ ਇਸ ਕਰਕੇ ਆਪਾਂ ਅਗਲੇ ਜਿਹੜੇ ਨੇ ਇਥੋਂ ਫਿਲਮ ਦੇ ਡਾਇਰੈਕਟਰ ਨੇ ਉਹਨਾਂ ਕੋਲ ਚਲਦੇ ਆ ਤਦ ਤੱਕ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਡਾਇਰੈਕਟਰ ਐ ਸੁਮੀਪ ਕੰਗ ਜੀ ਜਿਨ੍ਹਾਂ ਨੂੰ ਤੁਸੀਂ ਪਲੀ ਭਾਂ ਜਾਣਦੇ ਹੀ ਉਹ ਕਾਮੇਡੀ ਫਿਲਮਾਂ ਉਹਨਾਂ ਦੀਆਂ ਕਾਫੀ ਅੱਛੀਆਂ ਹੁੰਦੀਆਂ ਨੇ ਫਿਲਮਾਂ ਦੇ ਵਿੱਚ ਆਪ ਖੁਦ ਵੀ ਕੰਮ ਕਰਦੇ ਨੇ ਔਰ ਕਾਫੀ ਲੋਕਾਂ ਨੂੰ ਹਸਾਉਂਦੇ ਨੇ ਫਿਲਮ ਲੈ ਕੇ ਆ ਰਹੇ ਨੇ ਬਾਈ ਜੀ ਕੁੱਟਣਗੇ ਸਰ ਇਹ ਫਿਲਮ ਦੇ ਵਿੱਚ ਵੀ ਹਸਾਓਗੇ ਜਾਂ ਕੁੱਟੋਗੇ ਵੀ ਦੇਖੋ ਹਸਾਉਣਾ ਤਾਂ ਹੈ ਹੀ ਹੈ ਜਿਵੇਂ ਪਹਿਲੀਆਂ ਫਿਲਮਾਂ ਚ ਐਸਾ ਆ। ਨਾਲ ਦੀ ਨਾਲ ਕਿਉਂ ਕਰਕੇ ਦੇਵ ਕਰੋੜ ਜੀ ਪਿਕਚਰ ਚ ਨੇ ਤਾਂ ਐਕਸ਼ਨ ਦਾ ਤੜਕਾ ਵੀ ਹੈਗਾ। ਪਰ ਜ਼ਿਆਦਾ ਹਾਸਾ ਹੀ ਆ। ਫਿਲਮ ਦੇ ਵਿੱਚ ਇਹ ਕੌਣ ਕੌਣ ਕੰਮ ਕਰ ਰਿਹਾ ਇਸ ਮੂਵੀ। ਫਿਲਮ ਦੇ ਦਾ ਦੇਵ ਕਰੋੜ ਜੀ ਨੇ ਗੁਰਪ੍ਰੀਤ ਕੋ ਗੀਜੀ ਨੇ ਉਪਾਸਨਾ ਜੀ ਨੇ ਹੋਬੀ ਤਾਲੀਵਾਲ ਜੀ ਨੇ ਤੇ ਨਿਊ ਕਮਰਸ ਨੇ ਉਪਾਸਨਾ ਜੀ ਦਾ ਬੇਟਾ ਨਾਨਕ ਸੈਬੀ ਸੂਰੀ ਹਰਨਾਸ਼ ਸੰਧੂ ਜੋ ਮਿਸ ਯੂਨੀਵਰਸ ਬਣੇ ਨੇ ਇਹ ਹੈਗੇ ਨੇ। ਇਸ ਲਈ ਕਿਨੇ ਫਿਲਮ ਦੀ ਤੁਸੀਂ ਚੂਜ਼ ਕੀਤੀ ਕਿ ਇਹ ਫਿਲਮ ਵੀ ਇਦਾਂ ਬਣਨੀ ਚਾਹੀਦੀ ਕਿਉਂਕਿ ਕਮੇਡੀ ਫਿਲਮਾਂ ਦੇ ਵਿੱਚ ਤੁਸੀਂ ਕਾਫੀ ਸਕਸੈਸ ਹਾਸਲ ਕੀਤੀ ਹੈ ਲੋਕ ਤੁਹਾਨੂੰ ਪਸੰਦ ਕਰਦੇ ਜਦੋਂ ਸੁਮੀਪ ਕੰਗ ਦਾ ਨਾਮ ਆਉਂਦਾ ਹੈ ਤੇ ਚਿਹਰੇ ਦੇ ਉੱਤੇ ਸਮਾਈਲ ਆ ਜਾਂਦੀ ਹੈ ਕਿ ਜਰੂਰ ਹਾਸੇ ਵਾਲੀ ਫਿਲਮ ਹੋਏਗੀ ਆਪਾਂ ਹੱਸਾਂਗੇ ਦੋ ਤਿੰਨ ਘੰਟੇ ਇਸ ਮੂਵੀ ਨੂੰ ਦੇਖ ਕੇ ਕਿਦਾਂ ਲੋਕ ਕਹਿਣਗੇ ਕਿ ਸੁਮੀਪ ਕੰਗ ਪਹਿਲੇ ਵਾਂਗੂ ਹਸਾਏ ਗਈ ਇਹ ਪਿਕਚਰ ਦੇ ਅੰਦਰ ਦੇਖੋ ਜੀ ਜਿਹੜੇ ਤਾਂ ਜਿਸ ਟਾਈਪ ਦੀਆਂ ਪਿਕਚਰਾਂ ਮੈਂ ਬਣਾਉਣਾ ਉਹ ਤਾਂ ਹੈ ਹੀ ਹੈ ਮਤਲਬ ਉਹ ਉਹ ਨਹੀਂ ਛੱਡਿਆ ਉਹ ਜਿਹੜੇ ਜੇ 2 ਸਵਾ ਦੋ ਘੰਟੇ ਦੀ ਪਿਕਚਰ ਉਹਦੇ 2 ਘੰਟੇ ਤਾਂ ਉਹ ਮਿਲੂਗਾ ਹੀ ਮਿਲੂਗਾ ਜੋ ਦੂਜੀਆਂ ਪਿਕਚਰਾਂ 'ਚ ਮਿਲਦਾ ਹਾਂ ਪਰ ਉਹਦੇ ਨਾਲ ਦੇ ਨਾਲ ਐਕਸ਼ਨ ਵੀ ਮਿਲੂਗਾ ਜਿਹੜਾ ਜਿਹੜੇ ਦੇਵ ਕਰੋੜ ਜੀ ਦੇ ਫੈਨ ਦੇਖਣਾ ਚਾਹੁੰਦੇ ਆ ਉਹ ਐਕਸ਼ਨ ਸਟਾਰ ਨੇ ਤਾਂ ਰੋਲ ਪਹਿਲਾਂ ਰੋਲ ਜਿਹੜਾ ਲਿਖਿਆ ਗਿਆ ਉਹਦੇ ਚਾਹੀਦਾ ਇੱਕ ਐਕਸ਼ਨ ਸਟਾਰ ਸੀ ਤੇ ਇਸ ਲਈ ਉਹ ਐਕਸ਼ਨ ਵੀ ਜ਼ਰੂਰੀ ਸੀਗਾ ਦੇਵ ਕਰੋੜ ਭਾਈ ਦਾ ਸੀਗਾ ਇੱਕ ਹਰਨਾਜ਼ ਸੰਧੂ ਮੈਮ ਜਿਹੜੇ ਨੇ ਮਿਸ ਯੂਨੀਵਰਸ ਨੇ ਉਹ ਵੀ ਇਹਨਾਂ ਨੇ ਉਹਨਾਂ ਨੇ ਕੰਮ ਕੀਤਾ ਪਰ ਕਿਤੇ ਨਾ ਕਿਤੇ ਪ੍ਰੋਮੋਸ਼ਨ ਤੋਂ ਗਾਇਬ ਨੇ ਤੇ ਮੈਡਮ ਨੇ ਜਿੱਦਾਂ ਦੱਸਿਆ ਕਿ ਉਹਨਾਂ ਦੇ ਉੱਤੇ ਕੇਸ ਵੀ ਕੀਤਾ ਕੋਰਟ ਦੇ ਵਿੱਚ ਕੀ ਕਾਰਨ ਕੀ ਰਿਹਾ ਕਿਉਂਕਿ ਉਹਨਾਂ ਨੂੰ ਫਿਲਮ ਪਸੰਦ ਨਹੀਂ ਆਈ ਫਿਲਮ ਦਾ ਸਟੋਰੀ ਪਸੰਦ ਨਹੀਂ ਆ ਜਾਂ ਪੰਜਾਬੀ ਪਸੰਦ ਨਹੀਂ ਆ ਜਾਂ ਕੀ ਉਹਨਾਂ ਦੇ ਕਾਰਨ ਰਹੇ ਕਿ ਉਹ ਮੂਵੀ ਦੀ ਪ੍ਰੋਮੋਸ਼ਨ ਤੋਂ ਭੱਜ ਗਏ ਦੇਖੋ ਕਾਰਨ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਅ ਕਾਰਨ ਉਹਨਾਂ ਨੇ ਕਿਉਂ ਨਹੀਂ ਪ੍ਰਮੋਟ ਕਰ ਰਹੇ ਉਹਦਾ ਰੀਜ਼ਨ ਤਾਂ ਉਹ ਆਪ ਦੱਸ ਸਕਦੇ ਆ ਸਾਨੂੰ ਤਾਂ ਦੱਸਿਆ ਨਹੀਂ ਉਪਾਸਨਾ ਮੈਮ ਨੇ ਬੜੇ ਫੋਨ ਕੀਤੇ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਜਾਂ ਤੱਕ ਕਾਰਨ ਪਤਾ ਹੋਵੇ ਕਿ ਕਿਉਂ ਨਹੀਂ ਕਰ ਰਹੇ ਤਾਂ ਤਾਂ ਦੱਸ ਕੇ ਉਹਨੇ ਕਾਰਨ ਵੀ ਨਹੀਂ ਦੱਸਿਆ ਲੱਗਦਾ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਹੁਣ ਮਿਸ ਯੂਨੀਵਰਸ ਆ ਮੈਂ ਦੁਨੀਆ ਦੇ ਵਿੱਚ ਮੇਰਾ ਨਾਮ ਹੋ ਗਿਆ ਤੇ ਇੱਕ ਮੈਂ ਛੋਟੇ ਇੱਕ ਮਤਲਬ ਹੀ ਰੀਜਨਲ ਫਿਲਮ ਨੂੰ ਕਿਉਂ ਪ੍ਰਮੋਟ ਕਰਾਂ ਹੋ ਸਕਦਾ ਹੈ ਕਿਤੇ ਨਾ ਹੋ ਸਕਦਾ ਜੀ ਇਹ ਕਾਰਨ ਵੀ ਹੋ ਸਕਦਾ ਹੈ ਕਿ ਹੁਣ ਮੈਂ ਮਿਸ ਯੂਨੀਵਰਸ ਮਤਲਬ ਉਹ ਬਣ ਗਏ ਨੇ ਤੇ ਵੀ ਮੈਂ origignal film ਨੂੰ ਕਿਉਂ ਹੋ ਸਕਦਾ ਇਹ ਪਰ ਇਹ ਤਾਂ ਮੇਰੇ ਖਿਆਲ ਨਾਲ ਤੁੱਕਾ ਹੀ ਆ ਪਰ ਮੈਂ ਪੱਕਾ ਤਾਂ ਨਹੀਂ ਹਾਂ। ਅੱਛਾ ਇੱਕ ਗੱਲ ਹੋਰ ਕੀ ਇਹ ਦੇ ਨਾਲ ਫੈਕਟ ਪਵੇਗਾ ਮੂਵੀ ਦੇ ਉੱਤੇ ਕਿਉਂਕਿ ਦਰਸ਼ਕ ਦੇਖਣ ਆਣਗੇ ਤੇ ਹਰਨਾਮਨ ਸੰਧੂ ਦੀ ਪਹਿਲੀ ਮੂਵੀ ਹੋਵੇਗੀ ਤੇ ਉਹਦੇ ਨਾਲ ਫੈਕਟ ਪਵੇਗਾ ਕਿ ਹਰਨਾਮਨ ਨੇ ਮੂਵੀ ਨੂੰ ਤਾਂ ਖੁਦ ਨਕਾਰ ਦਿੱਤਾ ਹੈ ਜਿਦੋਂ ਕਿ ਆਪਾਂ ਆਪਾਂ ਮੂਵੀ ਜਿਹੜੀ ਐਪਰੋਚ ਰੈਂਡਸਟਕਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਤਾਂ ਨਹੀਂ ਫੈਕਟ ਪਵੇਗਾ ਕਿ ਇਹ ਮੂਵੀ ਕਿਤੇ ਨਾ ਕਿਤੇ ਜਾਂ ਤੇ ਕੋਈ ਕਮੀ ਰਹਿ ਗਈ ਹੋਈਗੀ ਕਿਉਂਕਿ ਉਹਨੂੰ ਸਟੋਰੀ ਦਾ ਵੀ ਪਤਾ ਸੀਗਾ ਉਹਨੂੰ ਪਤਾ ਸੀਗਾ ਸੈੱਟ ਤੇ ਕਿੱਦਾਂ ਸ਼ੂਟ ਹੋਈ ਆ ਕਿੰਨਾ ਕੁ ਪੈਸਾ ਲੱਗਾ ਹੈ ਕਿੱਦਾਂ ਦੀ ਮੂਵੀ ਸ਼ੂਟ ਪ੍ਰੋਮੋਟ ਕਰਦੇ ਕਿਤੇ ਨਾ ਕਿਤੇ ਦਰਸ਼ਕਾਂ ਦੀ ਨਜ਼ਰ ਤੇ ਵਿੱਚ ਆਏਗਾ ਦੇਖੋ ਜੇ ਕਹਾਂ ਤੁਸੀਂ ਫਿਲਮ ਤੇ ਕੋਈ ਅਸਰ ਪਾਊਗਾ ਨਹੀਂ ਮੈਨੂੰ ਨਹੀਂ ਲੱਗਦਾ ਫਿਲਮ ਤੇ ਕੋਈ ਅਸਰ ਪਾਊਗਾ ਜਿਨੇ ਫਿਲਮ ਦੇਖਣੀ ਆ ਉਹਨੇ ਦੇਖਣੀ ਆ ਜਿਨੇ ਨਹੀਂ ਦੇਖਣੀ ਉਹਦੇ ਲਈ ਇਹ ਕਾਰਨ ਨਹੀਂ ਹੈ ਕਿ ਜੀ ਹਰਨਾਸੰਧੂ ਨੇ ਫਿਲਮ ਪ੍ਰੋਮੋਟ ਨਹੀਂ ਕੀਤੀ ਮੈਂ ਨਹੀਂ ਦੇਖੋ ਉਹ ਤਾਂ ਬੰਦੇ ਨੇ ਟ੍ਰੇਲਰ ਤੋਂ ਆਪਣਾ ਬਣਮਾਨ ਬਣਾਉਣਾ ਹੁੰਦਾ ਕਿ ਮੈਂ ਦੇਖਾਂ ਕਿ ਨਾ ਦੇਖਾਂ ਤੇ ਟ੍ਰੇਲਰ ਚ ਤਾਂ ਹਰਨਾਸੰਧੂ ਦਿਖੀ ਹੋਗਾ ਨਾ ਜੀ ਤੇ ਇਹ ਮੈਨੂੰ ਨਹੀਂ ਲੱਗਦਾ ਫਰਕ ਪੈਂਦਾ ਫਰਕ ਪੈਂਦਾ ਟ੍ਰੇਲਰ ਦਾ ਜਿਹਨੂੰ ਟ੍ਰੇਲਰ ਵਧੀਆ ਲੱਗਾ ਉਹਨੇ ਫਿਲਮ ਦੇਖਣੀ ਆ ਤੁਹਾਡੇ ਅੱਛਾ ਕਮੇਡੀ ਦੇ ਨਾਲ ਨਾਲ ਐਕਸ਼ਨ ਲੈ ਕੇ ਆ ਰਹੇ ਹੋ ਜਦੋਂ ਐਕਸ਼ਨ ਸ਼ੂਟ ਕੀਤਾ ਐਕਸ਼ਨ ਸ਼ੂਟ ਕਰਨ ਦੇ ਵਿੱਚ ਤੇ ਕਮੇਡੀ ਸ਼ੂਟ ਕਰਨ ਦੇ ਵਿੱਚ ਕਾਫੀ ਡਿਫਰੈਂਟ ਲੱਗਾ ਹੋਏਗਾ ਔਰ ਲੱਗਾ ਹੋਏਗਾ ਕਿ ਕਿਸ ਤਰੀਕੇ ਨਾਲ ਇਹਨੂੰ ਮਲੇ ਮੈਨੇਜ ਕਰਨਾ ਕਿਉਂਕਿ ਸਾਊਥ ਦੀ ਦੱਸਿਆ ਜਾ ਰਿਹਾ ਕਿ ਜਿਹੜੀ ਆ ਉਹ ਸਾਰੀ ਦੇਖੋ ਮੈਂ ਅ ਏੰਜੋਏ ਕਰਨਾ ਐਕਸ਼ਨ ਫਿਲਮਾਂ 남ਦੇਵ ਕਰੋੜਜੀ ਦੀਆਂ ਸਾਰੀਆਂ ਫਿਲਮਾਂ ਦੇਖੀਆਂ ਨੇ ਏੰਜੋਏ ਕੀਤੀਆਂ ਨੇ ਤਾਂ ਮੈਂ ਸੈੱਟ ਦੇ ਉੱਤੇ ਐਕਸ਼ਨ ਵਾਲੇ ਦਿਨ ਸਵੇਰੇ ਸਭ ਤੋਂ ਪਹਿਲਾਂ ਪਹੁੰਚਿਆ ਦੇਖਣ ਲਈ ਵੀ ਕਿਵੇਂ ਇਹ ਵਾਇਰਿੰਗ ਕਰਦੇ ਨੇ ਕਿਵੇਂ ਸਾਰਾ ਇਹ ਸੀਕੁਐਂਸ ਸ਼ੂਟ ਕਰਦੇ ਮੈਨੂੰ ਆਪ ਬੜਾ ਸਿੱਖਣ ਨੂੰ ਮਿਲਿਆ ਔਰ ਬਹੁਤ ਸਵਾਦ ਆਇਆ ਤੇ ਕਾਮੇਡੀ ਤਾਂ ਮੈਂ ਹੁਣ ਲਗਾਤਾਰ ਸ਼ੂਟ ਕਰਦਾ ਹੀ ਰਿਹਾ ਜੀ ਐਨੇ ਸਾਲ ਹੋ ਗਏ 10 12 ਸਾਲ ਉਹ ਤਾਂ ਹੁਣ ਯੂਜ਼ ਟੂ ਹੋ ਗਏ ਹੈਨਾ ਵੀ ਕੀ ਕਰਨਾ ਬਟ ਐਕਸ਼ਨ ਵੇਰ ਲਈ ਨਵੀਂ ਚੀਜ਼ ਸੀ ਦੇਖਣਾ ਕਿਵੇਂ ਸ਼ੂਟ ਕਰਦੇ ਆ ਔਰ ਐਕਸ਼ਨ ਵੀ ਵਧੀਆ ਲੈਵਲ ਤੇ ਸ਼ੂਟ ਕੀਤਾ ਜਿਹੜੇ ਤੇ ਨਾਲ-ਨਾਲ ਚੱਲ ਕੇ ਆਏ ਨੇ ਤੁਹਾਨੂੰ ਦੇਖਦੇ ਆਏ ਨੇ ਉਹਨਾਂ ਨੂੰ ਤੇ ਸਾਰਾ ਤੁਹਾਡੇ ਬਾਰੇ ਪਤਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਸ਼ੁਰੂਆਤ ਕੀਤੀ ਸੀ ਫਿਲਮਾਂ ਦੇ ਵਿੱਚ ਆਉਣਾ ਕਿ ਪਹਿਲੇ ਐਕਟਿੰਗ ਸ਼ੁਰੂ ਕੀਤੀ ਸੀ ਤੁਹਾਡੇ ਜਿਹੜਾ ਸੈਟਅਪ ਦਾ ਵੀ ਪਤਾ ਹੁੰਦਾ ਸੀਗਾ ਹੁਣ ਤੁਹਾਡੀ ਲੁੱਕ ਜਿਹੜੀ ਐ ਚੇਂਜ ਹੋਈ ਆ ਤੇ ਹੁਣ ਜਿਹੜੇ ਨਵੇਂ ਦਰਸ਼ਕ ਨੇ ਉਹਨਾਂ ਨੂੰ ਕੋ ਦੱਸੋ ਕਿ ਕਿਵੇਂ ਜਿੱਦਾਂ ਤੁਹਾਡੀ ਐਂਟਰੀ ਹੋਈ ਸੀ ਇਸ ਲਾਈਨ ਦੇ ਵਿੱਚ ਇੰਡਸਟਰੀ ਦੇ ਵਿੱਚ ਮੇਰੀ ਇੰਡਸਟਰੀ ਦੇ ਅੰਦਰ ਐਂਟਰੀ ਜਸਪਾਲ ਪੱਟੀ ਸਾਹਿਬ ਦੀ ਫਿਲਮ ਸੀਗੀ ਮਾਹੌਲ ਠੀਕ ਹੈ ਉਦੋਂ ਮੈਂ ਪੜਦਾ ਹੁੰਦਾ ਸੀ ਉਦੋਂ ਇੰਜੀਨੀਅਰਿੰਗ ਕਰਦਾ ਸੀ ਚੰਡੀਗੜ੍ਹ ਕੈਮੀਕਲ ਇੰਜੀਨੀਅਰਿੰਗ ਕਰਦਾ ਸੀ ਤਾਂ ਉਹਨਾਂ ਨੇ ਦ ਟ੍ਰਿਬਿਊਨ ਨਾਮ ਦੇ ਅਖਬਾਰ 'ਚ ਇੱਕ ਐਡ ਪਾਈ ਸੀ ਕਿ ਉਹਨਾਂ ਨੂੰ ਲੜਕਾ ਚਾਹੀਦਾ ਫਿਲਮ ਲਈ ਤਾਂ ਮੈਂ ਉਦੋਂ ਸੈਕੰਡ ইয়ার ਪੜਦਾ ਸੀ ਮੈਂ ਜਾ ਕੇ ਆਡੀਸ਼ਨ ਕੀਤਾ ਔਰ ਸਿਲੈਕਟ ਹੋ ਗਿਆ ਜਿੰਨੀ ਦੇਰ ਮੇਰੀ ਪੜ੍ਹਾਈ ਚੱਲੀ 2 ਸਾਲ ਹੋਰ ਉੰਨੀ ਦੇਰ ਫਿਲਮ ਬਣਦੀ ਰਹੀ ਫਿਲਮ ਬਣ ਤੋ ਫਿਲਮ ਹਿੱਟ ਹੋ ਗਈ ਤੇ ਬਸ ਮੈਂ ਵੀ ਫਿਰ ਮੈਂ ਬੰਬੇ ਜੋਬ ਕਰਨ ਲੱਗ ਗਿਆ ਨਾਲ-ਨਾਲ ਜਿੱਥੇ-ਜਿੱਥੇ ਮੈਨੂੰ ਕੰਮ ਮਿਲਦਾ ਸੀਗਾ ਮੈਂ ਉਹ ਕਰਦਾ ਸੀ ਸੈਟਰਡੇ ਸੰਡੇ ਜਦ ਮੈਨੂੰ ਛੁੱਟੀ ਹੁੰਦੀ ਸੀ ਆ ਫਿਰ ਹੌਲੀ ਹੌਲੀ ਤੁਹਾਨੂੰ ਇਹ ਲਾਈਨ ਥੋੜੀ ਐਡਿਕਟਿਵ ਆ ਤੁਹਾਨੂੰ ਆਦਤ ਪੈ ਜਾਂਦੀ ਹੈ ਫਿਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪ ਹੀ ਡਾਇਰੈਕਟ ਕਰਕੇ ਦੇਖਾਂ ਜੇ ਮੇਰੀ ਫਿਲਮਾਂ ਚੱਲੀਆਂ ਤਾਂ ਕੰਟੀਨਿਊ ਕਰੂੰਗਾ ਤਾਂ ਮੈਂ ਫਿਰ ਇੱਕ ਦੋ ਫਿਲਮਾਂ ਬਣਾਈਆਂ ਸ਼ੁਰੂ ਦੀਆਂ ਫਿਲਮਾਂ ਨਹੀਂ ਚੱਲੀਆਂ ਫਿਰ ਕੈਰੀ ਓਨ ਜੱਟਾ ਚੱਲ ਗਈ ਤੇ ਉੱਤੋਂ ਮੈਂ ਫਿਰ ਕੰਮ ਲੈਣਾ ਸ਼ੁਰੂ ਹੋ ਗਿਆ ਤੇ ਲਗਾਤਾਰ ਫਿਰ ਕੰਮ ਸਾਰੇ ਦਰਸ਼ਕਾਂ ਨੂੰ ਫਿਲਮ ਦੇ ਵਾਸਤੇ ਕੁਝ ਕਹਿਣਾ ਚਾਹੋ ਤਾਂ ਦੱਸ ਸਕਦਾ ਇਹੀ ਕਹਿਣਾ ਚਾਹੂੰਗਾ ਜੀ 19 ਅਗਸਤ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਭਾਈ ਜੀ ਕੁੱਟਣਗੇ ਪਲੀਜ਼ ਸਾਰੇ ਜਾਣੇ ਜਾਓ ਆਪਣੀ ਫੈਮਲੀ ਨੂੰ ਲੈ ਕੇ ਜਾਓ ਦੋ ਘੰਟੇ ਆਪਣੀਆਂ ਸਾਰੀਆਂ ਟੈਨਸ਼ਨਾਂ ਭੁੱਲੋਗੇ ਹੱਸੋਗੇ ਇੰਜੋਏ ਕਰੋਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ थैंक यू ਹ ਸੋ ਇਹ ਸੰਮਤਨਾ ਸੁਮੇਪ ਕੰਗ ਜੀ ਜਿਹੜੇ ਫਿਲਮ ਦੇ ਡਾਇਰੈਕਟਰ ਨੇ ਜਿਨ੍ਹਾਂ ਨੇ ਦੱਸਿਆ ਕਿ ਫਿਲਮ ਜਿਹੜੀ ਆ ਹਸਾਉਣ ਦੇ ਨਾਲ ਨਾਲ ਐਕਸ਼ਨ ਵੀ ਜਿਹੜਾ ਹੈ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਪਹਿਲੀ ਵਾਰ ਹੋਏਗਾ ਕਿ ਸੁਮੇਪ ਕੰਗ ਦੀ ਫਿਲਮ ਦੇ ਵਿੱਚ ਐਕਸ਼ਨ ਦੇਖਣ ਨੂੰ ਮਿਲ ਰਿਹਾ ਸੋ ਦਸ਼ਕ ਫਿਲਮ ਨੂੰ ਕਿਸ ਤਰੀਕੇ ਦਾ ਹੰਗਵਾੜਾ ਦਿੰਦੇ ਨੇ ਇਹ 19 ਤਰੀਕ ਨੂੰ ਪਤਾ ਲੱਗੇਗਾ ਕੈਮਰਾਮੈਨ ਰਿੰਕੂ ਦੇ ਨਾਲ ਵਿਕਰਮ ਗੇਲ ਖਬਰ ਹਰਪਲ ਇੰਡੀਆ ਅੰਮ੍ਰਿਤਸਰ